ਕਲੈਕਟਰ ਹੈ ਕਲੈਕਟਰ ਵਿਚਾਰਾਂ ਦੀ ਹਾਂਜੀ ਹੁਣ ਗੱਲ ਇਹ ਹੈ ਕਿ ਜੇ ਵਿਚਾਰ ਇੱਕ ਦੂਜੇ ਦੇ ਮਿਲਦੇ ਆ ਤਾਂ ਸਵਰਗ ਹੈ ਤੇ ਜੇ ਵਿਚਾਰ ਨਹੀਂ ਮਿਲਦੇ ਚਾਹੇ ਤੁਸੀਂ ਇੱਥੇ ਬੈਠੇ ਹੋ ਚਾਹੇ ਤੁਸੀਂ ਘਰ ਤੇ ਹੋ ਚਾਹੇ ਕਿਤੇ ਵੀ ਜਾਂ ਕਿਸੇ ਤੁਸੀਂ ਸੰਸਥਾ ਚੋਂ ਜਾਂ ਆਪਣੀ ਨੌਕਰੀ ਵਿੱਚ ਵੀ ਜੇ ਤੁਹਾਡੇ ਆਪਸ ਵਿੱਚ ਵਿਚਾਰ ਨਹੀਂ ਮਿਲਦੇ ਕੋਈ ਫਾਇਦਾ ਨਹੀਂ ਕੋਈ ਨਰਕ ਹੈ ਮੈਂ ਤਾਂ ਉਹ ਨਰਕ ਸਮਝਦਾ ਹਾਂਜੀ ਸੋ ਇਹ ਕਿ ਵਿਚਾਰ ਮਿਲਣੇ ਬਹੁਤ ਜ਼ਰੂਰੀ ਹੈ ਦਿਲਾਂ ਨੂੰ ਸਿਆਣਿਆਂ ਦੀ ਇੱਕ ਕਹਾਵਤ ਵੀ ਹੈ ਕਿ ਦਿਲਾਂ ਨੂੰ ਦਿਲਾਂ ਦੀ ਰਾਹ ਵੀ ਹੁੰਦੀ ਹੈ ਪਤਾ ਲੱਗ ਜਾਂਦਾ ਕਿਹੜੇ ਬੰਦੇ ਦੇ ਮੇਰੇ ਨਾਲ ਵਿਚਾਰ ਮਿਲਦੇ ਆ ਤੇ ਕਿਹੜੇ ਨਹੀਂ ਭਾਵੇਂ ਉਹ ਬੋਲੇ ਜਾਂ ਨਾ ਬੋਲੇ ਦੂਰੋਂ ਹੀ ਪਤਾ ਲੱਗ ਜਾਂਦਾ ਜਿੱਦਾਂ ਮਿਸਾਲ ਦੇ ਤੌਰ ਤੇ ਕਹਿੰਦੇ ਅਕਬਰ ਬਾਦਸ਼ਾਹ ਨੇ ਬੀਰਬਲ ਨੂੰ ਕਿਹਾ ਕਿ ਬਈ ਕਿੱਦਾਂ ਪਤਾ ਲੱਗ ਜਾਂਦਾ ਇੱਕ ਦੂਸਰੇ ਦੇ ਵਿਚਾਰਾਂ ਦਾ ਬੋਲੇ ਨਾ ਕਹਿੰਦਾ ਆਪਣੀ ਸ਼ਕਲ ਜਿਹੜੀ ਆ ਬਦਲ ਲਓ ਦਾੜੀ ਕਰ ਲਓ ਸਾਰਾ ਕੁਝ ਕਰ ਲਓ ਤੇ ਆ ਜਾਓ ਉਹ ਆ ਗਿਆ ਕਹਿੰਦਾ ਵੀ ਉਹ ਇੱਕ ਜੱਟ ਆ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਬੀਰਬਲ ਨੇ ਸਵਾਲ ਕੀਤਾ ਉਹਨੇ ਉਹਦੇ ਭੇਸ ਬਦਲਿਆ ਵੀ ਕਹਿੰਦਾ ਮੇਰਾ ਦਿਲ ਕਰਦਾ ਕਿ ਉਹਨੂੰ ਮੈਂ ਗੋਲੀ ਮਾਰ ਦਿਆਂ ਅੱਛਾ ਉਹ ਜੱਟ ਜਦੋਂ ਨੇੜੇ ਆਇਆ ਉਹਨੇ ਕਿਹਾ ਵੀ ਤੁਸੀਂ ਆਪਣੇ ਵਿਚਾਰ ਦੱਸੋ ਐ ਇੱਕ ਸਰਦਾਰ ਆਇਆ ਵਾ ਕਿਹੜਾ ਵਾ ਦੱਸਿਆ ਨਹੀਂ ਕਿ ਬੀਰਬਲ ਮਤਲਬ ਕਿ ਅਕਬਰ ਬਾਦਸ਼ਾਹ ਕਹਿੰਦਾ ਮੇਰਾ ਦਿਲ ਕਰਦਾ ਕਿ ਮੈਂ ਦਾੜੀ ਖੋ ਕੇ ਜਿਹੜੀ ਰੱਖ ਕਹਿਣ ਦਾ ਮੇਰਾ ਭਾਵ ਹੈ ਕਿ ਜਿਹੜੇ ਵਿਚਾਰ ਹੈ ਜਾਂ ਤੁਹਾਡੇ ਆਈਡੀਏ ਆ ਜੋ ਕੁਛ ਵੀ ਆ ਉਹ ਇੱਕ ਦੂਜੇ ਦੇ ਦਿਲਾਂ ਦੇ ਵਿੱਚ ਆਪਣੇ ਆਪ ਹੀ ਵੱਸ ਜਾਂਦੇ ਆ ਕਿ ਕਿਹੜਾ ਮਤਲਬ ਕਿ ਬੰਦਾ ਇੱਜ਼ਤ ਕਰਦਾ ਕਿਹੜਾ ਨਹੀਂ ਕਰਦਾ ਕਿਹੜਾ ਅਵਾਇਡ ਕਰਦਾ